ਇੱਦਾਂ ਕਿ ਭਾਜੀ ਅੱਜ ਤਰੀਕ ਪਜਾਮੇ ਹੈਗੀ ਆ ਚੱਲਦੇ ਆ 4 ਸਾਡੇ। ਤੇ ਰੂਮ ਦੇ ਵਿੱਚ ਸਾਰੇ ਹੀ ਮਤਲਬ ਕੱਚੇ ਬਨਾਨਾ ਘੁੰਮਦੇ ਆ, ਇਸ ਕਰਕੇ ਇਹਨਾਂ ਦੀ ਵੀਡੀਓ ਨਹੀਂ ਬਣਾ ਰਿਹਾ ਮੈਂ। ਤੇ ਇੱਕ ਤੁਹਾਨੂੰ ਗੱਲ ਦੱਸਾਂ ਕਿ ਸਾਬਣ ਤੇਲ ਨਹੀਂ ਲਿਆਂਦਾ ਗਿਆ ਘਰੋਂ, ਤੇ ਸਾਬਣ ਤੇਲ ਜਿਹੜਾ ਮਿਲਦਾ ਨਹੀਂ ਪਿਆ, ਲੜਾਈ ਹੋ ਗਈ ਉਹਦੇ ਤੇ ਕਰਕੇ ਉਹਦੇ ਕਰਕੇ ਬਹਿਸ ਬਾਜ਼ੀ ਚਾਲੂ ਆ। ਤੇ ਤੁਸੀਂ ਵੇਖ ਸਕਦੇ ਜੇ, ਭਾਵੇਂ ਮੈਂ ਦਾਰੂ ਨਹੀਂ ਪੀਂਦਾ ਪਰ ਮੇਰੇ ਨਾਲ ਵੀਰ ਹੈਗੇ ਆ ਦੋ ਕੁ, ਉਹ ਪੀ ਲੈਂਦੇ ਆ। ਸਾਲਾ ਕੱਲਾ ਹੀ ਤੇ ਰਹਿ ਰਿਹਾ ਮੈਂ, ਤਾਂ ਪਤਾ ਹੀ ਹੋ ਰਿਹਾ ਚਲੋ ਆਓ, ਇੱਕ ਇੱਕ ਮੇਰੇ ਅਮਰਧਾਰੀ, ਇੱਕ ਮੈਂ ਤੇ ਇੱਕ ਭਾਜੀ ਸਾਡੇ ਅੱਗੇ, ਬਸ ਉਹੀ ਪੀਂਦੇ ਆ। ਉਹ ਵੀ ਪੀਂਦੇ ਆਏ ਆ ਜਿਵੇਂ ਸੁੰਘ ਦਿੰਦੇ। ਇਹ ਬੋਤਲ ਨਾਲ ਹੀ ਘੱਟ ਤੋਂ ਘੱਟ ਹਫਤਾ ਕੱਢਣਾ ਜੇ ਕੱਢ ਦਿੱਤਾ ਤੇ। ਹੁਣ ਤੁਸੀਂ ਬਾਹਰ ਦਾ ਵਿਊ ਵੇਖੋ ਇੱਕ ਵਾਰੀ, ਠੀਕ ਹੈ। ਵੈਸੇ ਵਲੋਗਰ ਬਣਨਾ ਔਖੀ ਗੱਲ ਹੈ ਯਾਰ, ਮੈਂ ਦਿਲ ਨਹੀਂ ਕੀਤਾ ਗੱਲ ਵੀਡੀਓ ਬਣਾਉਣ ਨੂੰ। ਮਤਲਬ ਜੋ ਅਸੀਂ ਉੱਥੇ ਪਹੁੰਚੇ ਚੰਡੀਗੜ੍ਹ, ਚੰਡੀਗੜ੍ਹ ਦਾ ਰਸਤੇ ਦੇ ਵਿੱਚ ਵਿਊ ਇੰਨੇ ਸੋਹਣੇ ਸੀ ਨਾ, ਪਰ ਸੱਚੀ ਗੱਲ ਦੱਸਾਂ ਕਿ ਦਿਲ ਹੀ ਨਹੀਂ ਕੀਤਾ। ਇੱਕ ਨੈਗੇਟਿਵ એનર્ਜੀ ਵਾਲਾ ਬੰਦਾ ਵੀ ਨਾਲ ਹੈਗਾ ਆ, ਉਹ ਨਾ ਕਰ ਦਿੰਦਾ ਯਾਰ ਪੈਕ ਕਰ ਯਾਰ ਕੈਮਰਾ ਪੈਕ ਕਰ ਯਾਰ, ਤੇ ਉਹ ਫਿਰ ਦਿਲ ਹੀ ਨਹੀਂ ਕਰਦਾ ਯਾਰ। ਫਿਰ ਮੈਂ ਬਣਾਈ ਨਹੀਂ ਵੀਡੀਓ। ਹੁਣ ਤੁਹਾਨੂੰ ਆ ਸਵੇਰ ਦਾ ਵਿਊ ਦਿਖਾਉਂਦੇ ਆ, ਸਵੇਰ ਦੇ ਵਜੇ ਆ 8:30, ਤੇ ਅੱਜ ਤੁਹਾਨੂੰ ਵਿਊ ਵਿਖਾਵਾਂਗੇ ਜੀ ਸਾਰੇ। ਜਾ ਰਹੇ ਹਾਂ, ਗੱਡੀ ਬੁੱਕ ਕੀਤੀ ਆ, ਤੇ ਉਹਨੇ ਸਾਨੂੰ ਸਾਰਾ ਦਿਨ ਅੱਜ ਘੁਮਾਉਣਾ ਆ ਰਾਤ ਦੇ 8 ਵਜੇ ਤੱਕ, ਤੇ ਇੱਥੋਂ ਦੀਆਂ ਫੇਮਸ ਜਗ੍ਹਾ ਜਿਹੜੀਆਂ ਉਹਨੇ ਦਿਖਾਉਣੀਆਂ ਸਾਨੂੰ। ਤੇ ਹਾਂ, ਰਾਤੀ ਆ ਰੋਟੀ ਜ਼ਿਆਦਾ ਮੰਗਾਈ ਗਈ, ਤੇ ਸਲਾਦ ਅਸੀਂ ਬਹੁਤ ਜ਼ਿਆਦਾ ਖਾ ਲਿਆ, ਜਿਹਦੇ ਕਰਕੇ ਰੋਟੀ ਸਾਡੀ ਬਹੁਤ ਜ਼ਿਆਦਾ ਵੇਸਟ ਗਈ, ਤੇ ਅੱਜ ਅਸੀਂ ਜਿਹੜੀ ਰੋਟੀ ਆ ਉਹ ਬਾਹਰ ਹੀ ਖਾਵਾਂਗੇ, ਠੀਕ ਹੈ ਜੀ। ਚਲੋ ਮਿਲਦੇ ਹਾਂ ਜੀ, ਤਿਆਰ ਹੋ ਕੇ, ਹਾਲੇ ਤਿਆਰ ਕੋਈ ਨਹੀਂ ਹੋਇਆ, 8:30 ਵੱਜ ਚੁੱਕੇ ਨੇ, 10 ਵਜੇ ਤੱਕ ਅਸੀਂ ਨਿਕਲਾਂਗੇ, ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਹੁਣ ਅਸੀਂ ਤਿਆਰ ਹੋ ਚੁੱਕੇ ਹਾਂ, ਤੇ ਹੁਣ ਅਸੀਂ ਜਾ ਰਹੇ ਹਾਂ ਘੁੰਮਣ ਫਿਰਨ ਬਾਹਰ ਕੁਫਰੀ, ਤੇ ਇੱਕ ਹਨੂੰਮਾਨ ਜੀ ਦੀ ਮੂਰਤੀ ਆ। ਫਸਟ ਟਾਈਮ ਆਇਆ ਮੈਂ, ਦੇਖਦਾ ਹਾਂ ਕਿ ਕਿਹੜੀ ਕਿਹੜੀ ਜਗ੍ਹਾ ਤੇ ਘੁੰਮਾਉਂਦੇ ਆ ਆਪਾਂ ਨੂੰ, ਗੱਡੀ ਕਰਾ ਲਈ ਹੋਈ ਆ। ਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਸਾਡਾ ਆ ਰੂਮ ਸੀ, ਇੱਥੋਂ ਬਾਹਰ ਦੀ ਲੋਕੇਸ਼ਨ ਬਹੁਤ ਸੋਹਣੀ ਆਉਂਦੀ ਆ, ਤੇ ਹੁਣ ਤੁਹਾਨੂੰ ਬਾਕੀ ਦਾ ਦਿਖਾਉਂਦੇ ਹਾਂ ਜੀ ਬਾਹਰ ਜਾ ਕੇ। ਅੱਛਾ, ਬਹੁਤ ਜ਼ਿਆਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ, ਮਤਲਬ ਥਕਾਵਟ ਹੋ ਗਈ ਸੀ ਸਵੇਰੇ ਰਾਤੀ ਜਦੋਂ ਆਏ ਅਸੀਂ, ਤੇ ਹੁਣ ਤੁਹਾਨੂੰ ਦਿਖਾਉਂਦਾ ਵੀ ਕਿੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਇੱਥੇ। ਇਹ ਰਿਸੈਪਸ਼ਨ ਆ ਸਾਡੇ ਹੋਟਲ ਦੀ, ਤੁਸੀਂ ਵੇਖ ਸਕਦੇ ਜੀ, ਤੇ ਫਿਰ ਥੱਲੇ ਡਿਸਕੋ ਦਾ ਵੀ ਹੈਗਾ ਇੱਥੇ। ਮੈਮ ਨੀਚੇ ਕਿਸ ਤਰ੍ਹਾਂ ਜਾਣਾ, ਨੀਚੇ ਜਾਣਾ ਤਾਂ ਨੀਚੇ। ਅੱਛਾ ਜੀ, ਹੈ ਗਲਤ ਆ ਗਿਆ ਮੈਂ, ਉੱਪਰ ਵਾਲੇ ਫਲੋਰ ਸੇ ਬਾਹਰ ਫੋਟੋ। ਅੱਛਾ ਅੱਛਾ ਅੱਛਾ, ਲਓ ਯਾਰ ਵੇਖ ਲਓ ਮੈਂ ਗਵਾ ਗਿਆ ਸੀ। ਅੱਛਾ, ਕਦੀ ਕਦੀ ਲੱਗਦਾ ਹੁੰਦਾ ਮੈਂ, ਬੜੀ ਨੀਂਦ ਮਾੜੀ ਫਿਰ। ਕੋਈ ਨੀ, ਇਹ ਬੁਲਾਰੀ ਖਿੱਚੂ ਮੈਂ ਵੀ, ਦੂਰ ਆ ਉਤਰਨਾ।
ਰਾਤੀ ਤੇ ਸਾਹ ਚੜ ਗਿਆ ਸੀ। ਓਏ ਬੈਗ ਤੇਰੇ ਕੋਲ ਵਾ, ਯਾਰ ਵੇਖਿਆ ਜਾਵੇ ਤਾਂ ਮੱਚ ਵਾਲੇ ਪਤਲੇ ਹੁੰਦੇ ਆ, ਸਲਿਮ ਹੁੰਦੇ ਆ ਯਾਰ। ਮੇਰੇ ਖਿਆਲ 'ਚ ਇਹੀ ਕਾਰਨ ਹੈ ਕਿ ਇਹਦੇ ਪਹਾੜੀਆਂ ਚੜ੍ਹਨੀਆਂ ਉਤਰਨੀਆਂ, ਇਸੇ ਕਰਕੇ ਪਤਲੇ ਹੁੰਦੇ ਆ। ਲਓ ਹਜੇ ਹੋਰ ਜਿੰਨ 'ਚ ਹੈ। ਵਾਹਿਗੁਰੂ 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 ਯਾਰ, ਇਸੀ ਲਈ ਆਪ ਪਤਲੇ ਹੋਤੇ ਹੋ, ਆਪਕੋ ਨੀਚੇ ਬਹੁਤ ਉਤਰਨਾ ਪੜਤਾ ਹੈ, ਚੜ੍ਹਨਾ ਪੜਤਾ ਹੈ। ਓ ਤੁਹਾਡੀ ਹੋਈ ਰੇ ਮੋਬਾਈਲ। ਲਓ ਜੀ ਦੇਖੋ ਨਜ਼ਾਰਾ ਸ਼ਿਮਲੇ ਦਾ। ਕਿੱਦਾਂ ਭਾਅ ਜੀ, ਮੈਂ ਦੱਸੋ ਮੈਨੂੰ ਵੀਡੀਓ ਦੀ ਰਿਕਾਰਡਿੰਗ ਲੱਗੀ ਆ ਕਿ ਮੈਂ ਕਰਨਾ ਵੀਡੀਓ ਦੀ ਰਿਕਾਰਡਿੰਗ ਵੱਲ ਵੇਖ ਕੇ। ਮੈਂ ਇੱਥੇ ਦੱਸ ਵੈਡਿੰਗ ਫੰਕਸ਼ਨ ਖਿੱਚਣ ਦਿਆਂ। ਭਾਅ ਜੀ ਕਿੰਨੀ ਕੁੱਤੇ ਆਪਾਂ ਯਾਰ। ਲਓ ਫਿਰ ਪੌੜੀਆਂ ਆ ਗਈਆਂ ਜੀ। ਸਿਰਫ ਤੁਹਾਨੂੰ ਦਿਖਾਉਣ ਲਈ ਰੈਗੂਲਰ ਰਿਕਾਰਡਿੰਗ ਕੀਤੀ ਜਾ ਰਹੀ ਆ ਕਿ ਤੁਹਾਨੂੰ ਦਿਖਾ ਸਕੀ ਕਿ ਕਿੰਨੀਆਂ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ। ਭਾਈ ਕਿਹੜਾ ਹੋਟਲ ਜਿੱਥੇ ਆਪਾਂ ਰਹਿ ਰਹੇ ਹਾਂ? ਹਜੇ ਹੋਰ ਜਾ ਠੀਕ ਹੋ ਇਲੈਕਟ੍ਰੋਨਿਕ ਬੱਸ ਆ ਇਲੈਕਟ੍ਰਿਕ ਬੱਸਾਂ ਚੱਲਣ ਲੱਗ ਗਈਆਂ ਇੱਥੇ, ਅਤੇ ਦੇਖਿਆ ਜਾਵੇ ਤਾਂ ਇਲੈਕਟ੍ਰਿਕ ਬੱਸਾਂ ਦਾ ਜਿਹੜਾ ਆ ਕਰੇਜ਼ ਹੌਲੀ ਹੌਲੀ ਵੱਧ ਰਿਹਾ। ਤੁਸੀਂ ਦੇਖ ਸਕਦੇ ਜੀ ਕਿ ਨਾਈਟ ਦੇ ਟਾਈਮ ਇੱਥੇ ਜਿੱਦਾਂ ਆਸਮਾਨ 'ਚ ਆਪਾਂ ਨੂੰ ਤਾਰੇ ਦੇਖਦੇ ਆ ਨਾ, ਉੱਦਾਂ ਲਾਈਟਾਂ ਦਿਖ ਰਹੀਆਂ ਸੀ। ਲਓ ਤੁਸੀਂ ਦੇਖ ਸਕਦੇ ਵਿਊ ਦੇਖ ਸਕਦੇ ਯਾਰ, ਘਰ ਤੁਸੀਂ ਮਤਲਬ ਵੇਖਣ ਨੂੰ ਬੜੇ ਨੇੜੇ ਨਜ਼ਰ ਆ ਰਹੇ ਆ, ਲੇਕਿਨ ਇਹ ਘਰ ਬਹੁਤ ਦੂਰ ਨੇ। ਜਦੋਂ ਸੜਕੋ ਸੜਕੀ ਜਾਣਾ ਪੈਂਦਾ ਤਾਂ ਬਹੁਤ ਦੂਰ ਨੇ ਘਰ। ਯਾਰ ਇੱਕ ਗੱਲ ਮੰਨਣੀ ਪਊਗੀ ਤੁਹਾਡੀ ਡਰਾਈਵਿੰਗ ਦੀ ਯਾਰ, ਵੇਖਦੇ ਹੀ ਕੱਖ ਨਹੀਂ ਆ। ਬ੍ਰੇਕ ਯਾਰ ਬਿਲਕੁਲ ਉੱਤੇ ਆ ਕੇ ਮਾਰਦੇ ਆ ਯਾਰ, ਅਤੇ ਛੋਟੀਆਂ ਛੋਟੀਆਂ ਸੜਕਾਂ ਆ, ਅਤੇ ਡਰਾਈਵਿੰਗ ਇਹਨਾਂ ਦੀ ਦੇਖਣੀ ਵਾਲੀ ਹੁੰਦੀ ਯਾਰ। ਮਤਲਬ ਜਦੋਂ ਅਸੀਂ ਹੁਣ ਸ਼ਿਮਲਾ ਚੰਡੀਗੜ੍ਹ ਤੋਂ ਸ਼ਿਮਲਾ ਆਏ ਹਾਂ ਯਾਰ, ਉਹਨੇ ਇੰਨੀ ਜੇ ਆਪਾਂ ਕਹੀਏ ਪੰਜਾਬ 'ਚ ਸੋਚੀਏ ਤਾਂ ਗੰਦੀ ਡਰਾਈਵਰੀ ਕਵਾਂਗੇ। ਬਹੁਤ ਤੇਜ਼ ਭਜਾਈ ਉਹਨੇ ਗੱਡੀ, ਤਾਂ ਬਿਲਕੁਲ ਉੱਤੇ ਜਾ ਕੇ ਫਿਰ ਬ੍ਰੇਕ ਮਾਰਦਾ ਸੀ, ਬਿਲਕੁਲ ਕਲੋਜ਼ ਹੋ ਕੇ। ਅਤੇ
ਜਦੋਂ ਮੈਂ ਉੱਥੇ ਖਲੋਣ ਦੀ ਕੋਸ਼ਿਸ਼ ਕੀਤੀ ਬੱਸ 'ਚ ਮੇਰੇ ਖਲੋਤਾ ਨਹੀਂ ਗਿਆ, ਕਦੀ ਉੱਧਰ ਨੂੰ ਕਦੀ ਉੱਧਰ ਨੂੰ, ਬੜੀ ਤੇਰ ਡਿੱਗਣ ਪੈਂਦਾ ਸੀ। ਫਿਰ ਮੈਂ ਸੀਟ 'ਤੇ ਬਹਿਣਾ ਸੀ ਸਭ ਸਹੀ ਸਮਝਿਆ, ਅਤੇ ਇੱਕ ਬੰਦੇ ਦੀ ਹੁਣ ਵੀਡੀਓ ਨਹੀਂ ਆਉਣ ਦੇਣੀ, ਇਹਨੂੰ ਕਹਿ ਦੀ ਨਾ ਕਿਤੇ ਕਿ ਕੈਮਰਾ ਮਾੜਾ ਜਿਹਾ ਫੜ ਲਾ ਯਾਰ, ਮੌਤ ਪੈ ਜਾਂਦੀ ਯਾਰ ਇਹ ਬੰਦੇ ਦੀ ਯਾਰ। ਹਾਂ ਅੱਛਾ ਖਿੱਚੀ ਆ, ਚਲੋ ਫਿਰ ਲੈ ਆਉਂਦੇ ਹਾਂ। ਸਾਰੀ ਉਮਰ ਨੀ ਜਾਣਾ, ਸਹੀ ਗੱਲ ਆ, ਤੇਰੇ ਵਰਗੇ ਹੋਰ ਵੀ ਬੜੇ ਆ ਜਿਹੜੇ ਕਹਿੰਦੇ ਗੱਲ, ਇੰਨਾ ਨੀ ਪਤਾ ਕਿ ਯਾਰ ਮੈਂ ਜਿਹੜਾ ਬੰਦਾ ਆਪ ਇੰਜੋਏ ਕਰਨ ਦਿਆ ਲਾਈਫ ਨੂੰ, ਉਹਨੇ ਕੀ ਕਿਹੇ ਤੋਂ ਸੜਨਾ, ਦੱਸੋ ਪਹਿਲੀ ਗੱਲ ਤੇ। ਭਾਜੀ ਕਿੱਥੇ ਕਿੱਥੇ ਖੜੋਗੇ? ਪਹਿਲੇ ਕੁਫਰੀ ਜਾਏਂਗੇ, ਚਲੋ ਠੀਕ ਹੈ। ਫਿਰ ਕਿੰਨਾ ਟਾਈਮ ਲੱਗੇਗਾ? 40 ਮਿੰਟ ਲੱਗੇ, ਚਲੋ।